ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਸਤਵਿੰਦਰ ਸੈਣੀ ਅੱਜ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਐਸੇ ਇਨਸਾਨ ਦੀ ਕਹਾਣੀ ਜੋ ਅੱਜ ਵੱਧ ਰਹੀ ਉਮਰ ਦੇ ਤਕਾਜ਼ੇ ਅਤੇ ਬੇਬਸੀ ਦੀ ਕਸ਼ਮਕਸ਼ ਵਿੱਚ ਉਲਝ ਕੇ ਰਹਿ ਗਿਆ। ਪੰਜਾਬੀ ਸਿਨੇਮਾ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਇਸ ਸ਼ਖਸ ਦਾ ਨਾਮ ਹੈ ਸਤੀਸ਼ ਕੌਰ। ਸਤੀਸ਼ ਕੌਰ ਸਿਨੇਮਾ ਜਗਤ ਦਾ ਇੱਕ ਜਾਣਿਆ ਪਹਿਚਾਣਿਆ ਨਾਮ, ਜਿਸ ਦੀ ਅਦਾਕਾਰੀ ਦੀ ਦੁਨੀਆ ਅੱਜ ਵੀ ਦੀਵਾਨੀ ਹੈ। ਪਰ ਅੱਜ ਵਕਤ ਦੇ ਪਈਏ ਨੇ ਕੁਝ ਐਸੀ ਕਰਵਟ ਲਈ ਕਿ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਸਤੀਸ਼ ਅੱਜ ਹਸਪਤਾਲ 'ਚ ਪਿਆ ਮਦਦ ਦੀ ਗੁਹਾਰ ਲਗਾ ਰਿਹਾ। ਸਤੀਸ਼ ਕੌਰ ਦੇ ਅੱਜ ਦੇ ਹਾਲਾਤ ਬਾਰੇ ਵੀ ਜਾਣਾਂਗੇ ਤੇ ਕਰਾਂਗੇ ਉਸ ਨਾਲ ਗੱਲਬਾਤ, ਪਰ ਉਸ ਤੋਂ ਪਹਿਲਾਂ ਇੱਕ ਝਾਤ ਮਾਰਦੇ ਹਾਂ ਉਸਦੇ ਫਿਲਮੀ ਸਫ਼ਰ ਤੇ। ਹਾਲਤ ਕਾਫੀ ਸੀਰੀਅਸ ਹੈ, ਇਨਕੇ ਹਸਬੈਂਡ ਕੋ ਬੁਲਾ ਲੀਜੀਏ, ਕੁਝ ਪੇਪਰ ਸਾਈਨ ਕਰਨੇ ਹੋਗੇ। ਪਰ ਬਾਪੂ, ਇਸ ਤਰ੍ਹਾਂ ਡਰ ਕੇ ਰਹਿਣਾ, ਜੁਰਮ ਨੂੰ ਬੜਾਵਾ ਦੇਣਾ। ਸ਼ਾਹ ਜੀ, ਇਹ ਬੰਦਾ ਬਹੁਤ ਅੱਛਾ ਹੈ, ਬਹੁਤ ਨੇਕ ਹੈ, ਇੱਥੇ ਯਾਰੀ ਦੋਸਤੀ ਕਰਕੇ ਨੌਕਰੀ ਕਰਦਾ, ਇਹਨੂੰ ਨੌਕਰੀਆਂ ਦਾ ਘਾਟਾ ਨਹੀਂ, ਬੰਦਾ ਵੈਸੇ ਬਹੁਤ ਉੱਚਾ ਖਾਂਦਾ ਹੁੰਦਾ ਹੈ। ਹਾਂ ਜੀ। ਮੈਨੂੰ ਇਹ ਗੱਲ ਦੱਸ, ਤੂੰ ਸਿਰਫ ਪਰਸੇ ਤੇ ਕਿਉਂ ਮਰਦੀ ਹੈ? ਜਦੋਂ ਕਾਲਜ ਵਿੱਚ ਹੋਰ ਵੀ ਬੰਦੇ ਤੈਨੂੰ ਚਾਹੁੰਦੇ ਨੇ, ਉਹ ਪਰਸੇ ਤੋਂ ਹੈਂਡਸਮ ਹੈਗੇ ਨੇ, ਦੌਲਤਮੰਦ ਹੈਗੇ ਨੇ, ਸਾਰਾ ਕੰਮ ਵਿਗੜ ਜਾਂਦਾ ਹੈ। ਪਰ ਸਾਡਾ ਕੰਮ ਤਾਂ ਬਗੈਰ ਪਿੱਛੋਂ ਆਵਾਜ਼ ਮਾਰੇ ਵਿਗੜਿਆ ਹੈ। ਮੇਰੀ ਪਿਆਰੀ ਪਿਆਰੀ ਸਾੜੀ ਹੱਥੇ ਘਰ ਵਾਲੀ, ਮੇਰੀ ਪਿਆਰੀ ਪਿਆਰੀ ਸਾੜੀ ਹੱਥੇ ਘਰ ਵਾਲੀ। ਜਿਸ ਮਹਾਨ ਕਲਾਕਾਰ ਦੇ ਜਨਮ ਦੀ ਗੱਲ ਕਰੀਏ ਤਾਂ ਇਸ ਦਾ ਜਨਮ 8 ਸਤੰਬਰ 1954 ਨੂੰ ਹੋਇਆ ਸੀ। ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਕ ਰੱਖਣ ਵਾਲੇ ਸਤੀਸ਼ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਜਲਦ ਹੀ ਪੰਜਾਬੀ ਸਿਨੇਮੇ ਵਿੱਚ ਪੈਰ ਰੱਖਿਆ ਤੇ ਪੰਜਾਬੀ ਦੀਆਂ ਕਈ ਨਾਮਵਰ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜ਼ੋਰ ਵਿਖਾਏ। ਪੰਜਾਬੀ ਸਿਨੇਮੇ ਵਿੱਚ ਆਪਣੀ ਬਾਕਮਾਲ ਅਦਾਕਾਰੀ ਰਾਹੀਂ ਜਲਦ ਹੀ ਉਹਨਾਂ ਨੂੰ ਬਾਲੀਵੁੱਡ ਵਿੱਚ ਵੀ ਐਕਟਿੰਗ ਦਾ ਵੱਡਾ ਮੌਕਾ ਮਿਲ ਗਿਆ ਤੇ ਫਿਰ ਸਤੀਸ਼ ਨੇ ਉਸ ਸਮੇਂ ਤੇ ਦਿੱਗਜ ਕਲਾਕਾਰ ਦਲੀਪ ਕੁਮਾਰ, ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਤੋਂ ਇਲਾਵਾ ਹੋਰ ਵੀ ਕਈ ਸਿਤਾਰਿਆਂ ਨਾਲ ਇਕੱਠਿਆਂ ਕੰਮ ਕੀਤਾ। ਇਹ ਤਾਂ ਸੀ ਸਤੀਸ਼ ਦੀ ਫਿਲਮੀ ਸਫ਼ਰ ਦੀ ਕਹਾਣੀ, ਪਰ ਵਕਤ ਦੇ ਨਾਲ ਨਾਲ ਫਿਲਮੀ ਦੁਨੀਆ ਦਾ ਇਹ ਮਹਾਨ ਅਦਾਕਾਰ ਸਤੀਸ਼ ਅੱਜ ਹਸਪਤਾਲ ਦੀ ਚਾਰ ਦੀਵਾਰੀ ਅੰਦਰ ਕੈਦ ਹੋ ਕੇ ਰਹਿ ਗਿਆ ਤੇ ਮੁਹਤਾਜ਼ ਹੋ ਗਿਆ ਗੁਮਨਾਮ ਭਰੀ ਜ਼ਿੰਦਗੀ ਜਿਉਣ ਦੇ ਲਈ। ਸਤੀਸ਼ ਕੌਰ ਆਪਣੀ ਵਧੀਆ ਅਦਾਕਾਰੀ ਰਾਹੀਂ ਲੱਖਾਂ ਦਿਲਾਂ ਤੇ ਰਾਜ ਕਰਦਾ ਰਿਹਾ, ਪਰ ਹਾਲਾਤ ਐਸੇ ਬਣੇ ਕਿ ਸਦੀ ਦਾ ਮਹਾਨਾਇਕ ਅੱਜ ਪੈਸੇ ਪੈਸੇ ਲਈ ਮੁਹਤਾਜ਼ ਹੋ ਗਿਆ। ਬਾਥਰੂਮ ਵਿੱਚ ਫਿਸਲਣ ਕਾਰਨ ਉਹਨਾਂ ਨੂੰ ਗੰਭੀਰ ਸੱਟ ਲੱਗ ਗਈ ਤੇ ਅੱਜ ਸਤੀਸ਼ ਕੌਰ ਹਸਪਤਾਲ ਵਿੱਚ ਦਿਨ ਕੱਟ ਰਿਹਾ। ਫਿਲਮੀ ਪਰਦੇ ਤੇ ਹਰ ਇੱਕ ਮੁਸ਼ਕਲ ਨੂੰ ਮਾਤ ਪਾਉਣ ਵਾਲਾ ਸਤੀਸ਼ ਅੱਜ ਆਪਣੀ ਜ਼ਿੰਦਗੀ ਵਿੱਚ ਹਾਰਦਾ ਨਜ਼ਰ ਆ ਰਿਹਾ। ਜਿਸ ਪੰਜਾਬੀ ਤੇ ਹਿੰਦੀ ਸਿਨੇਮੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਤੀਸ਼ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਲਮ੍ਹੇ ਖਰਚ ਕੀਤੇ ਨੇ, ਉਸ ਇੰਡਸਟਰੀ ਵਿੱਚੋਂ ਕੋਈ ਵੀ ਉਸ ਦੀ ਮਦਦ ਕਰਨ ਲਈ ਅੱਗੇ ਨਹੀਂ ਆ ਰਿਹਾ ਤੇ ਵਿਚਾਰਾ ਸਤੀਸ਼ ਬਿਨਾਂ ਕਿਸੇ ਨਾਲ ਸ਼ਿਕਵਾ ਸ਼ਿਕਾਇਤ ਕੀਤੇ ਆਸ ਭਰੀਆਂ ਅੱਖਾਂ ਨਾਲ ਮਦਦ ਲਈ ਵਧਣ ਵਾਲੇ ਹੱਥਾਂ ਦਾ ਇੰਤਜ਼ਾਰ ਕਰ ਰਿਹਾ। ਸਰ, ਹਮਦਰਦ ਟੀਵੀ ਤੋਂ ਤੁਹਾਡਾ ਸਵਾਗਤ ਹੈ।
ਮੇਰੇ ਵੀ ਹਮਦਰਦ ਦੇ ਸ਼ੋਤਾ ਨੂੰ ਸਤਿ ਸ਼੍ਰੀ ਅਕਾਲ। ਅਤੇ ਸਰ ਹੁਣ ਤੁਹਾਡੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਆਇਆ ਪਹਿਲਾਂ ਨਾਲੋਂ, ਕਿੰਨਾ ਕੁ ਤੁਸੀਂ ਫੀਲ ਕਰ ਰਹੇ ਹੋ ਵਧੀਆ? ਮੈਂ ਬਹੁਤ ਹੀ ਵਧੀਆ ਫੀਲ ਕਰ ਰਿਹਾ। ਇਹਦੇ ਲਈ ਮੈਂ ਗਿਆਨ ਸਾਗਰ ਹੋਸਪਿਟਲ ਦੀ ਮੈਨੇਜਮੈਂਟ ਮਿਸਟਰ ਬਿਜਿੰਦਰ ਸਿੰਘ ਜੀ, ਇੱਥੇ ਦੇ ਸਾਰੇ ਜਿੰਨੇ ਹੈਗੇ ਬੰਗੂ ਸਾਹਿਬ ਜਿਹੜੇ, ਉਹਨਾਂ ਨੇ ਇੱਕ ਗਰੀਬ ਬਲਾਚਾਰ ਐਕਟਰ ਨੂੰ ਬਚਾ ਲਿਆ ਤਾਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਥੋੜ੍ਹੇ ਜਿਹੇ ਬੈੱਡ ਸੋਰ ਨੇ, ਉਹ ਫਿਰ ਹੁਣ ਠੀਕ ਹੋ ਜਾਣਗੇ। ਮੈਂ ਤੁਰਦਾ ਫਿਰਦਾ ਫਿਰ ਆਈਲ ਬੀ ਬੈਕ ਇਨ ਐਕਸ਼ਨ। ਕਿਉਂਕਿ ਅੱਜ ਵੀ ਤੁਹਾਡੀ ਜੋ ਕਲਾਕਾਰੀ ਸੀ, ਜੋ ਮਤਲਬ ਕਿਰਦਾਰਾਂ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਬੋਲੀਵੁੱਡ ਦੇ ਵੱਲੋਂ ਕਿੰਨਾ ਕੁ ਸਹਿਯੋਗ ਮਿਲਿਆ? ਬੋਲੀਵੁੱਡ ਪਤਾ ਨਹੀਂ, ਮੈਨੂੰ ਲੱਗਦਾ ਕੁਛ ਉਹ ਬਹੁਤ ਬਿਜ਼ੀ ਨੇ ਆਪਣੇ ਕੰਮਾਂ ਕਾਜਾਂ 'ਚ। ਮੇਰੀ ਮੈਸੇਜ ਹੋ ਸਕਦਾ ਉਹਨਾਂ ਤੱਕ ਪਹੁੰਚੀ ਨਹੀਂ ਹੈ। ਮੇਹਰ ਮਿੱਤਲ ਜੀ ਆਏ ਸੀ ਅਤੇ ਪ੍ਰੀਤੀ ਸਪਰੂ ਜੀ ਨੇ ਥੋੜ੍ਹੀ ਜਿਹੀ ਮਦਦ ਕੀਤੀ। ਬਾਕੀ ਇੱਕ ਆਈ ਕਾਂਟ ਸੇ ਐਨੀਥਿੰਗ, ਨੋ ਕਮੈਂਟਸ ਅਬਾਊਟ ਦੈਮ। ਇਹ ਉਹਨਾਂ ਦੀ ਮਰਜ਼ੀ ਹੈ, ਉਹਨਾਂ ਦਾ ਸੁਭਾਅ ਹੈ, ਉਹਨਾਂ ਦਾ ਕਲਚਰ ਹੈ। ਕਿਸੇ 'ਤੇ ਵੀ ਬੀਤ ਸਕਦਾ। ਕੱਲ੍ਹ ਜਿਸ ਤਰ੍ਹਾਂ ਮੈਂ ਅੱਛਾ ਭਲਾ ਹੈਲਥ ਕਲੱਬ ਤੋਂ ਆਇਆ ਸੀ, ਮੈਂ ਵਾਸ ਵਰਕਿੰਗ ਐਜ਼ ਅ ਟੀਚਰ ਇਨ ਚੜ੍ਹਦੀ ਕਲਾ, ਮੈਂ ਗਿਰ ਗਿਆ ਐਂਡ ਇੱਕ ਸਾਲ 'ਚ ਮੇਰੀ ਜ਼ਿੰਦਗੀ ਪਤਾ ਨਹੀਂ ਕਿੰਨੇ ਸਾਲ ਪਿੱਛੇ ਹੋ ਗਈ। ਔਰ ਕਦੇ ਕਦੇ ਮੈਨੂੰ ਲੱਗਦਾ ਕਿ ਮੈਂ ਕਿਹੜੇ ਪਾਪ ਕਿਤੇ ਬੈੱਡ ਵਿੱਚ ਮੈਂ, ਪਰ ਮੇਰਾ ਇਹ ਰੱਬ ਜਾਣਦਾ ਕਿ ਮੈਨੂੰ ਕਿੰਨੀ ਤਕਲੀਫ ਆਉਂਦੀ ਹੈ ਜ਼ਹਿਨੀ ਤੌਰ 'ਤੇ, ਜਿਹੜੀ ਕਿ ਯੂ ਕਾਂਟ ਰਿਪੇ ਬੈਕ ਇਟ। ਬਾਕੀ ਬੋਲੀਵੁੱਡ ਦੇ ਮੈਂ ਤਾਂ ਇੰਨਾ ਹੀ ਕਹਾਂਗਾ ਕਿ ਵੀ ਅਗਰ ਉਹਨਾਂ ਦੇ ਕਿਸੇ ਖਾਸ ਬੰਦੇ 'ਤੇ ਬੀਤੀ ਤਾਂ ਉਹ ਵੀ ਤਾਂ ਮਦਦ ਕਰ ਦਿਓ ਉਹਦੀ। ਬੋਲੀਵੁੱਡ ਵੱਲੋਂ ਹਾਲੇ ਤੱਕ ਕੁਛ ਦੇਰ ਇਜ਼ ਨੋ ਰਿਸਪੋਂਸ। ਆਈ ਡੋਨਟ ਨੋ ਵਾਈ, ਮੇ ਬੀ ਦੇ ਐਂਗਰੀ ਵਿਦ ਮੀ ਔਰ ਮੇ ਬੀ ਆਮ ਅਨਲੱਕੀ ਟੂ ਗੈਟ ਇਨ ਸਪੋਰਟ ਫਰੋਮ ਦਮ। ਬਟ ਇਹ ਬੋਂਬੇ ਮੇ ਨਹੀਂ ਹੋਤਾ, ਬੋਂਬੇ ਮੇ ਸੈਂਟਾ ਮੈਂ ਹਮੇਸ਼ਾ ਇਹੀ ਕਹਿਤਾ ਰਹਾ ਹੂੰ ਕਿ ਇੱਕ ਯੂਨੀਅਨ ਕਿਸੇ ਪੇ ਵੀ ਹੋ ਸਕਤਾ ਹੈ, ਕਿ ਕਿਸੇ 'ਤੇ ਵੀ ਬੀਤ ਸਕਦੀ ਹੈ। ਉੱਥੇ ਸੈਂਟਾ, ਉੱਥੇ ਕਿਸੇ ਨੂੰ ਕੁਛ ਬਿਮਾਰ ਹੋ ਗਿਆ, ਬੰਦਾ ਲੱਖਾਂ ਰੁਪਏ ਵੀ ਲੱਗ ਜਾਏ ਨਾ, ਉਹ ਸੈਂਟਾ ਜਿਹੜੀ ਹੈ ਉਹ ਹੈਲਪ ਕਰਦੀ। ਕਿਸੇ ਦੇ ਸਾਹਮਣੇ ਭੀਖ ਮੰਗਣ ਦੀ ਲੋੜ ਨਹੀਂ ਪੈਂਦੀ। ਅਤੇ ਮੈਂ ਇਹੀ ਕਹਿੰਦਾ, ਮੈਂ ਭੀਖ ਦਾ ਕਟੋਰਾ ਲੈਣ ਤੋਂ ਬਚ ਗਿਆ ਗਿਆਨ ਸਾਗਰ ਵੱਲੋਂ। ਮੁੰਬਈ ਬੋਲੀਵੁੱਡ ਦੀ ਗੱਲ ਕੀਤੀ, ਜੇ ਬੋਲੀਵੁੱਡ ਦੀ ਗੱਲ ਕਰੀਏ, ਤੁਸੀਂ ਕਾਫੀ ਫਿਲਮਾਂ ਕੀਤੀਆਂ, ਸ਼ਾਹਰੁਖ ਖਾਨ ਜੀ ਨਾਲ ਕੰਮ ਕੀਤਾ, ਅੱਜ ਉਹਨਾਂ ਦਾ ਕੀ ਮਤਲਬ ਜਦੋਂ ਪਤਾ ਲੱਗਿਆ ਸਿਚੁਏਸ਼ਨ? ਮੈਨੂੰ ਲੱਗਦਾ ਉਹਨਾਂ ਨੂੰ ਹਾਲੇ ਤੱਕ ਪਤਾ ਨਹੀਂ ਲੱਗਿਆ। ਉਹ ਨਹੀਂ ਤਾਂ ਸ਼ਾਹਰੁਖ ਖਾਨ ਜੀ ਹੈਗੇ ਨੇ, ਅਮਿਤਾਭ ਬੱਚਨ ਜੀ ਹੈਗੇ ਨੇ, ਧਰਮ ਜੀ ਹੈਗੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਿਆ। ਦੇ ਆਰ ਨੋਟ ਅਵੇਅਰ ਆਫ ਇਟ ਵਾਟ ਇਜ਼ ਹੈਪਨ ਟੂ ਮੀ। ਅਦਰਵਾਈਜ਼ ਆਈ ਡਿਡ ਸ਼ਾਹਰੁਖ ਖਾਨ ਸਰਕਸ ਕੀਤੀ ਸੀ ਉਹਦੇ ਨਾਲ, ਧਰਮ ਜੀ ਨਾਲ ਇਨਾਮ 10,000 ਕੀਤੀ ਮੈਂ ਆਪਣਾ, ਕੀ ਕਹਿੰਦੇ ਨੇ, ਰੱਬ ਤੁਹਾਡਾ ਭਲਾ ਕਰੇ, ਅਮੀਰ ਖਾਨ ਜੀ ਨਾਲ, ਹਰੇਕ ਬੰਦੇ ਨਾਲ ਮੈਂ ਫਿਲਮਾਂ ਕੀਤੀਆਂ। ਬਟ ਮੇ ਬੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ, ਹੋ ਸਕਦਾ। ਅਤੇ ਹਮਦਰਦ ਟੀ ਵੀ ਤਾਂ ਹਮਦਰਦ ਹੈ, ਤਾਂ ਹਮਦਰਦ ਹੀ ਕੁਛ ਕਰੇ। ਇੱਕ ਐਕਟਰ ਨੇ ਜਿਹਨੇ ਆਪਣੀ ਜਿੰਦ ਜਾਨ ਜਿਹੜਾ 22 ਘੰਟੇ ਕੰਮ ਕਰਦਾ ਸੀ, ਮੈਂ ਕਦੇ ਥੱਕਦਾ ਨਹੀਂ ਸੀ। ਮੈਂ ਅੱਜ ਕੱਲ੍ਹ ਦੇਖਦਾ ਜਵਾਨ ਬੰਦੇ ਥੱਕ ਜਾਂਦੇ ਨੇ, ਮੈਂ ਕਦੇ ਥੱਕਦਾ ਨਹੀਂ ਸੀ ਲਾਸਟ ਈਅਰ ਤੱਕ। ਪਤਾ ਨਹੀਂ ਕਿਹੜਾ ਚੰਦਰੀ ਕਿਸਮਤ ਸੀ ਮੇਰੀ, ਜਿਹੜਾ ਮੈਂ ਸਵੇਰੇ ਹੈਲਥ ਕਲੱਬ ਜਾਂਦਾ ਸੀ ਪਟਿਆਲੇ, ਫਿਰ ਆਪਣਾ ਆਉਂਦਾ ਸੀ, ਦਿਨ ਭਰ ਪੜਾਉਂਦਾ ਸੀ, ਫਿਰ ਆਪਣਾ ਲੱਗੇ ਰਹਿਣਾ। ਮਗਰ ਇਹ ਇਟਸ ਟੈਰੀਬਲ, ਯੂ ਨੋ, ਆਈ ਡੋਨਟ ਵਾਂਟ ਟੂ। ਮੈਂ ਬਾਰ ਬਾਰ ਰੋਣਾ ਨਹੀਂ ਚਾਹੁੰਦਾ, ਬਾਰ ਬਾਰ ਟੀਅਰਸ ਆਉਂਦੇ ਨੇ, ਮੈਂ ਉਹਨੂੰ ਪੀ ਜਾਂਦਾ ਹੁਣ ਕੀ ਕਰਾਂ ਮੈਂ। ਅਤੇ ਜਦੋਂ ਵੀ ਕੋਈ ਐਕਟਰ ਨੂੰ ਕੁਛ ਹੋ ਜਾਂਦਾ ਸੀ ਮਾੜਾ ਜਿਹਾ ਵੀ, ਤਾਂ ਹੁਣ ਅੱਜ ਕੱਲ੍ਹ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ, ਭੁੱਲ ਹੀ ਗਏ ਨੇ ਆਪਣੇ ਬਜ਼ੁਰਗਾਂ ਨੂੰ।
ਜਿਹਨੇ ਇੰਨੀ ਆਪਣੀ ਜਿੰਦ ਜਾਨ ਵਾਰੀ ਆਏ ਵਰਕ, ਮੈਂ 22 ਘੰਟੇ, ਮੈਂ ਕਦੇ ਵੀ ਉਸ ਟਾਈਮ ਮੈਂ ਬੋਲੀਵੁੱਡ ਬੋਲੀਵੁੱਡ ਵਿੱਚ ਹੀ ਹੋ ਸਕਦਾ ਸੀ। ਫਿਰ ਮੈਂ ਸੋਚਦਾ ਮੈਂ ਕਦੇ ਕਦੇ ਮੈਂ ਪੰਜਾਬੀ ਫਿਲਮਾਂ ਕਿਉਂ ਕੀਤੀ ਇੰਨੀ, ਜਿਹਨੇ ਮੈਨੂੰ ਇੰਨੀ ਕੁਛ ਸਹਿਣਾ ਪੜਾ। ਮਗਰ ਲੋਕਾਂ ਦਾ ਪਿਆਰ, ਸਾਰਿਆਂ ਦੁਨੀਆ ਦਾ ਪਿਆਰ ਮੈਨੂੰ ਇੰਨਾ ਮਿਲਦਾ ਪੰਜਾਬ ਵਿੱਚ ਕਿ ਮੈਂ ਫਿਰ ਕਹਿੰਦਾ ਚੱਲ ਸਤੀਸ਼ ਕੋਲ ਕੋਈ ਨਹੀਂ, ਤੂੰ ਥੋੜ੍ਹਾ ਜਿਹਾ ਦੁੱਖ ਸਹਿ ਹੈ, ਦੁੱਖ ਨੂੰ ਵੰਡਾਉਣ ਵਾਲੇ ਵੀ, ਦੁੱਖ ਨੂੰ ਤੇਰਾ ਤੇਰਾ ਕੱਟ ਕਰਨ ਵਾਲੇ ਬੰਦੇ ਪੰਜਾਬ ਵਿੱਚ ਹੈਗੇ। ਪੰਜਾਬ ਵਿੱਚ ਮਤਲਬ ਜਿਹਨੇ, ਮੈਂ ਕਸ਼ਮੀਰੀ ਹੈ, ਗੁਰੂ ਜੀ ਨੇ ਸਾਡੀ ਇੱਜ਼ਤ ਬਚਾਈ ਸੀ, ਇਸੀ ਤਰ੍ਹਾਂ ਮੈਂ ਕਹਿ ਰਿਹਾ ਕਿ ਜਿੰਨੇ ਵੀ ਐਕਟਰ ਨੇ ਉਹ ਇੱਜ਼ਤ ਬਚਾਉਣੇ, ਕਿ ਐਕਟਰ ਕਸ਼ਮੀਰੀ ਦੀ ਐਕਟਰ ਦੀ, ਤੁਸੀਂ ਜਾਟ ਹੋ, ਪੰਜਾਬੀ ਹੋ, ਜੋ ਵੀ ਹੋ, ਅਤੇ ਗੁਰੂਆਂ ਨੇ ਸਾਡੀ ਇੱਜ਼ਤ ਬਚਾਈ ਸੀ। ਹੁਣ ਤੁਸੀਂ ਵੀ ਇੱਕ ਐਕਟਰ ਨੂੰ ਗੁੰਮਨਾਮੀ ਦੀ ਮੌਤ ਵਿੱਚ, ਗੁੰਮਨਾਮੀ ਦੇ ਸਾਏ ਵਿੱਚ ਨਾ ਜਾਣ ਦਿਉ, ਇਹੀ ਮੇਰੀ ਅਰਦਾਸ ਹੈ ਉਹਨਾਂ ਨੂੰ। ਚਲੋ, ਅਸੀਂ ਵੀ ਮਤਲਬ ਦੁਆ ਕਰਦੇ ਹਾਂ ਕਿ ਤੁਸੀਂ ਬਹੁਤ ਸਿਹਤਮੰਦ ਹੋ, ਕਿਉਂਕਿ ਤੁਹਾਡੇ ਵਰਗੇ ਕਲਾਕਾਰਾਂ ਦੀ ਅੱਜ ਲੋੜ ਹੈ। ਲੋੜ ਹੈ, ਹਮਦਰਦ ਟੀ ਵੀ ਬਹੁਤ ਕੁਛ ਕਰ ਸਕਦਾ ਹੈ, ਉਹਨਾਂ ਤੱਕ ਸ਼ਾਹਰੁਖ ਖਾਨ ਜੀ ਹੈਗੇ ਨੇ, ਅਗਰ ਉਹਨਾਂ ਤੱਕ ਸੁਨੇਹਾ ਪਹੁੰਚ ਜਾਏ, ਆਮਿਰ ਖਾਨ ਜੀ ਹੈ, ਸਲਮਾਨ ਖਾਨ ਜੀ ਹੈਗੇ ਨੇ, ਉਹ ਬੜੇ ਦਰਿਆ ਦਿਲ ਬੰਦੇ ਨੇ, ਉਹਨਾਂ ਨੂੰ ਮੇਰੇ ਕੋਲ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਮੈਨੂੰ ਪੈਸੇ, ਬਟ ਯੂ ਨੋ ਯੂ ਆਈ ਕਾਂਟ ਐਕਸਪਲੇਨ ਐਨੀਥਿੰਗ ਕਿ ਇੱਕ ਐਕਟਰ 'ਤੇ ਕੀ ਬੀਤਦੀ ਜਦੋਂ ਉਹਨੂੰ ਬੈੱਡ 'ਤੇ ਰੱਖ ਦਿਉ ਔਰ ਇੱਕ ਮਤਲਬ ਚੱਲਦਾ ਫਿਰਦਾ ਪੰਛੀ ਨੂੰ ਤੁਸੀਂ ਪਿੰਜਰੇ 'ਚ ਬੰਦ ਕਰ ਦਿਉ ਤਾਂ ਉਹਦਾ ਕੀ ਹਾਲ ਹੁੰਦਾ, ਉਹ ਤੜਪਦਾ ਹੀ ਹੈ। ਅਤੇ ਇਸ ਕਰਕੇ ਮੈਂ ਅਰਦਾਸ ਕਰਦਾ ਹਮਦਰਦ ਟੀਵੀ ਦੇ ਥਰੂ ਜੋ ਵੀ ਇਹ ਸ਼ੋਤਾ ਦੇਖਣ, ਮੈਂ ਉਹਨਾਂ ਤੋਂ ਭੀਖ ਨਹੀਂ ਮੰਗ ਰਿਹਾ, ਮੈਂ ਕਹਿੰਦਾ ਅਰਦਾਸ ਕਰਨ, ਬਾਕੀ ਜੋ ਜਿਹਨਾਂ ਦਾ ਦਿਲ ਹੈ ਜਿਸ ਤਰ੍ਹਾਂ ਮਦਦ ਕਰਨਾ ਚਾਹੁਣ, ਉਹ ਉਹਨਾਂ ਦਾ ਦਿਲ ਹੈ, ਮੈਂ ਕਵਾਂ ਕੁਛ ਤੋਂ ਬੁਰਾ ਲੱਗਦਾ, ਉਹ ਸੋਚਣ, ਉਹਨਾਂ ਦੀ ਸੋਚ ਹੈ, ਇਹ ਹੀ ਹੈ ਕਿ ਅਗਰ ਕੱਲ੍ਹ ਉਹਨਾਂ ਦੇ ਬਜ਼ੁਰਗਾਂ 'ਤੇ ਵੀ ਇਹ ਗੁਜ਼ਰ ਸਕਦੀ ਹੈ ਅਤੇ ਇਹ ਕਾਰਨ। ਬਾਕੀ ਜਿਹੜੇ ਤੁਹਾਡੇ ਮਾਲਕ ਨੇ ਬੜੇ ਮਹਾਨ ਨੇ, ਮੈਂ ਬੜਾ ਸ਼ੁਕਰਗੁਜ਼ਾਰ ਹਾਂ ਹਮਦਰਦ ਟੀਵੀ ਦਾ, ਅੱਜ ਮੈਨੂੰ ਮੌਕਾ ਮਿਲਿਆ ਤਾਂ ਕਿ ਮੇਰੀ ਜਿਹੜੀ ਅੰਦਰ ਦੀ ਜਿਹੜੀ ਕਡਵਾਹਟ ਹੈ, ਅੰਦਰ ਦਾ ਜਿਹੜਾ ਦਰਦ ਹੈ, ਸੋਜ਼ ਹੈ, ਉਹ ਬਾਹਰ ਲੋਕਾਂ ਤੱਕ ਪਹੁੰਚ ਸਕੇ। ਬੋਲੀਵੁੱਡ ਬੋਲੀਵੁੱਡ ਦੀ ਆਪਾਂ ਗੱਲ ਛੱਡੀਏ, ਹੋਰ ਕਿਸੇ ਸਮਾਜਿਕ ਸੰਸਥਾ ਨੇ ਕੋਈ ਹੈਲਪ ਕੀਤੀ ਹੋਵੇ ਇਸ ਟਾਈਮ? ਇਹਨਾਂ ਗਵਰਨਮੈਂਟ ਨੇ ਮੈਨੂੰ ਚੈੱਕ ਦਿੱਤਾ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਬਾਕੀ ਬਾਦਲ ਸਾਹਿਬ ਵੀ ਬਹੁਤ ਬਿਜ਼ੀ ਨੇ, ਬਾਦਲ ਸਾਹਿਬ ਦੀ ਨਿਗਾਹ ਨਹੀਂ ਪਈ ਹਾਲੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਹਰਿਆਣਾ ਗਵਰਨਮੈਂਟ ਤੋਂ, ਉਹਨਾਂ ਨੇ ਮੈਨੂੰ ਇੱਕ ਚੈੱਕ ਦਿੱਤਾ ਜਿਹੜਾ ਮੈਂ ਹਾਲੇ ਵੀ ਰੁਲ ਰਿਹਾ, ਹਾਲੇ ਬੈਂਕ ਅਕਾਊਂਟ ਮੇਰਾ ਖੁੱਲ੍ਹ ਨਹੀਂ ਰਿਹਾ, ਉਹਦੇ 'ਚ ਮੈਂ ਪਾ ਦਾਂ। ਅਤੇ ਇੱਕ ਮੈਂ ਹੋਰ ਪੁੱਛਣਾ ਚਾਹੂੰਗੀ ਕਿ ਚਲੋ ਤੁਸੀਂ ਵਧੀਆ ਠੀਕ ਹੋ ਜਾਓ, ਇੱਕ ਮਨ ਦੇ ਵਿੱਚ ਹੁੰਦਾ ਨਾ ਕਿ ਮੈਂ ਆਹ ਰੋਲ ਨਹੀਂ ਕੀਤਾ, ਅਤੇ ਸਤੀਸ਼ ਕੋਲ ਅੱਜ ਕੀ ਚਾਹੁੰਦੇ ਆ ਕਿ ਅਗਰ ਉਹ ਬੈਣਗੇ, ਵਾਪਸੀ ਕਰਨਗੇ ਫਿਲਮ ਇੰਡਸਟਰੀ 'ਚ, ਤਾਂ ਉਹ ਕਿਹੜਾ ਰੋਲ ਹੈ ਜਿਹੜਾ ਉਹ ਕਰਨਾ ਚਾਹਣਗੇ? ਮੈਂ ਇੱਕ ਰੋਲ ਬਾਗਬਾਨ, ਜਿਸ ਤਰ੍ਹਾਂ ਬਾਗ ਦਾ ਰੱਖ, ਮੈਂ ਲਿਖੀ ਸੀ ਸਟੋਰੀ ਬਾਗ ਦਾ ਰਾਖਾ ਬਾਗਬਾਨ, ਉਹ ਮੈਂ ਸ਼ੁਰੂ ਵੀ ਕਰਤੀ ਸੀ, ਉਹੀ ਟਾਈਪ ਜਿਸ ਅਮਿਤ ਜੀ ਨੇ ਕੀਤਾ ਸੀ ਜਨਰੇਸ਼ਨ, ਕਿ ਅੱਜ ਕੱਲ੍ਹ ਦੇ ਜਿਹੜੇ ਪੰਜਾਬ ਨਸ਼ਾ 'ਚ ਰੁਲ ਗਿਆ, ਪੰਜਾਬ ਵਿੱਚ ਜਿਹੜਾ ਕਦਰ ਔਰ ਮਾਂ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਪਾ ਦਿੰਦੇ ਨੇ, ਉਹ ਕੌਨਸੈਪਟ ਲੈ ਕੇ ਉਹ ਮੈਂ ਕਰਨਾ ਚਾਹੁੰਦਾ। ਬਾਕੀ ਰੱਬ ਦੀ ਇੱਛਾ, ਅਗਰ ਉਹ ਮੈਨੂੰ ਜ਼ਿੰਦਾ ਰੱਖਣਗੇ ਉਹ ਕਰਨ ਲਈ, ਦਿਸ ਇਜ਼ ਵੈਰੀ ਗੁੱਡ ਥੋਟ, ਆਈ ਰੋਟ ਇਟ ਫੋਰ 1 ਈਅਰ, ਡੇ ਐਂਡ ਨਾਈਟ ਮੈਂ ਲਿਖਦਾ ਰਹਿੰਦਾ ਸੀ ਬਾਗ ਦਾ ਰਾਖਾ ਬਾਗ ਬਾਂ। ਅਤੇ ਅਸੀਂ ਤਾਂ ਹੁਣ ਉਹ ਦੇਖਣਾ ਚਾਹਵਾਂਗੇ ਤੁਹਾਡੀ ਇਹ, ਜੇ ਤੁਸੀਂ ਬੋਲਿਆ ਕਿ ਨਵਾਂ ਕੁਛ ਕਰਨਾ ਚਾਹੁੰਦੇ ਹੋ, ਤਾਂ ਜਲਦੀ ਜਲਦੀ ਅਸੀਂ ਵੀ ਦੇਖਣਾ ਚਾਹਵਾਂਗੇ ਉਹ ਸਭ ਕੁਛ। ਸਾਰਾ ਕੁਛ ਐਂਟਰਟੇਨਮੈਂਟ ਹੋਣਾ ਹੈ, ਮਿਊਜ਼ਿਕ ਹੋਣਾ, ਕਾਮੇਡੀ ਹੋਣਾ ਹੈ, ਡਰਾਮਾ ਹੋਣਾ, ਬਟ ਜਿਹੜੀ ਅੱਜ ਕੱਲ੍ਹ ਬਜ਼ੁਰਗ ਜਿਹੜੇ, ਉਹਨਾਂ ਨੂੰ ਤੁਸੀਂ ਸਪੋਜ਼ ਯੂ ਆਰ 20 ਟਮੋਰੋ, ਕੱਲ੍ਹ ਤੁਸੀਂ 70 ਸਾਲ ਦੇ ਹੋ ਜਾਂਦੇ ਹੋ, ਤੁਹਾਡਾ ਬੱਚਾ ਤੁਹਾਨੂੰ
ਬਿਰਧ ਆਸ਼ਰਮ ਵਿੱਚ ਪਾ ਦਿੰਦਾ, ਕਿੰਨਾ ਫੀਲ ਹੁੰਦਾ ਹੈ ਬੰਦੇ ਨੂੰ, ਉਹੀ ਫੀਲਿੰਗ ਮੈਂ ਡਿਪਿਕਟ ਕਰਨਾ ਚਾਹੁੰਦਾ ਲੋਕਾਂ ਦੇ ਸਾਹਮਣੇ ਉਸ ਫਿਲਮ ਦੇ ਥਰੂ, ਉਸ ਫਿਲਮ ਦੇ ਰਾਹੀਂ, ਬਾਗ ਦਾ ਰਾਖਾ ਬਾਗ ਮਾਂ। ਕਿਉਂਕਿ ਸਾਡੀ ਜੋ ਨੌਜਵਾਨ ਪੀੜ੍ਹੀ ਉਹ ਕਾਫੀ ਪਛੜ ਰਹੀ ਆ, ਅੱਜ ਕੱਲ੍ਹ ਸਤਿਕਾਰ ਰਿਹਾ ਹੀ ਨਹੀਂ ਕਿਤੇ ਆਪਣੇ ਬਜ਼ੁਰਗਾਂ ਦਾ, ਸੱਭਿਆਚਾਰ ਤੋਂ ਪਿੱਛੇ ਹਟਦੀ ਜਾ ਰਹੀ ਹੈ, ਪੱਛਮੀ ਸੱਭਿਆਚਾਰ ਪਿੱਛੇ ਭੱਜਦੀ ਜਾ ਰਹੀ ਹੈ। ਅਤੇ ਕਿਉਂਕਿ ਲੋੜ ਵੀ ਹੈ ਇੱਦਾਂ ਦੇ ਕੰਸੈਪਟ ਦੀ ਆਉਣ ਦੀ, ਕਿਉਂਕਿ ਉਹਨਾਂ ਨੂੰ ਵੀ ਸਮਝ ਲੱਗੇ ਕਿ ਸਾਡੇ ਬਜ਼ੁਰਗ ਹੀ ਸਾਡੇ ਲਈ ਸਭ ਕੁਛ ਨੇ, ਕਿਉਂਕਿ ਉਹਨਾਂ ਨੇ ਸਭ ਕੁਛ ਕੀਤਾ। ਮੈਂ ਕਹਾਂਗਾ ਕਿ ਜਵਾਨੀ ਇੱਕ ਹਨੇਰੀ ਹੈ, ਹੁਸਨ ਜਵਾਨੀ ਅਤੇ ਮਾਂ ਪਿਓ ਕਦੇ ਲੋਟ ਕੇ ਨਹੀਂ ਆਉਂਦੇ, ਅਤੇ ਜਿਹਨੇ ਇਹਦੀ ਕਦਰ ਨਹੀਂ ਕੀਤੀ, ਜਿਹੜਾ ਇਸ ਇਹਦੀ ਇਹ ਨਸ਼ੇ 'ਚ ਰਹਿ ਜਾਏ ਉਹ ਮਾਂ ਬੇਵਕੂ ਬੰਦਾ ਹੁੰਦਾ। ਮੈਂ ਕਦੇ ਵੀ, ਮੈਂ 22 ਘੰਟੇ ਕੰਮ ਕਰਦਾ ਸੀ, ਮੈਂ ਕਹਿੰਦਾ ਹੁਣ ਤੱਕ ਲਾਸਟ ਈਅਰ ਤੱਕ ਮੈਂ ਕਦੇ ਵੀ ਆਪਣੀ ਜਵਾਨੀ 'ਤੇ ਰਸ਼ਕ ਨਹੀਂ ਕੀਤਾ। ਕਦੇ ਕਦੇ ਮੈਂ ਜਦੋਂ ਆਪਣੀ ਫਿਲਮ ਦੇਖਦਾ ਕਦੇ ਇਹ ਮੈਂ ਹੀ ਸੀਗਾ ਕਿ ਇੰਨੀ ਮੈਂ ਬਗੈਰ ਮਰ ਸਾਰੇ ਟਾਈਮ 'ਤੇ ਇੰਨੀ ਮੋਨੀਟਰਲ ਰਿਟਰਨਸ ਨਹੀਂ ਸੀਗੇ। ਫਿਰ ਮੈਨੂੰ ਜਦੋਂ 2011 'ਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ ਸੀ PTC ਦਾ, ਮੈਨੂੰ ਬਾਦਲ ਸਾਹਿਬ ਨੇ ਕਿਹਾ ਸੀ ਕਿ ਤੂੰ ਸਕੂਲ ਖੋਲ੍ਹ। ਮੈਂ ਲੁਧਿਆਣੇ ਸਕੂਲ ਖੋਲ੍ਹਤਾ, ਉਹਦੇ 'ਚ ਮੈਂ ਸਾਰੀ ਆਪਣੀ ਪੂੰਜੀ ਲਾਤੀ ਸੀ। ਉਹ ਸਕੂਲ ਕਿਸੇ ਕਾਰਨ ਵਾਰ ਚੱਲਿਆ ਨਹੀਂ, ਤਾਂ ਮੈਂ ਮਤਲਬ ਲੱਖਪਤੀ ਤੋਂ ਕੱਖਪਤੀ ਹੋ ਗਿਆ। ਉਹ ਬਹੁਤ ਦੁੱਖ ਸਹਿਬ ਹੈ, ਹੁਣ ਸਹਿ ਰਹੇ। ਬਾਕੀ ਗਿਆਨ ਸਾਗਰ ਦਾ ਬੜਾ ਅਹਿਸਾਨ ਮੰਦ ਹੈ ਕਿ ਜਦ ਤੱਕ ਰੱਖਣ ਇਸ ਗਰੀਬ ਨੂੰ, ਇਸ ਲਾਚਾਰ ਐਕਟਰ ਨੂੰ, ਜਦ ਤੱਕ ਰੱਖਣ ਉਹਨਾਂ ਦੀ ਮਰਜ਼ੀ। ਕੋਈ ਗੱਲ ਨਹੀਂ ਸਰ, ਉਹ ਤਾਂ ਹੁੰਦਾ ਕਿ ਚੰਗਾ ਅਤੇ ਬੁਰਾ ਟਾਈਮ ਹਰ ਬੰਦੇ 'ਤੇ ਆਉਂਦਾ ਹੈ, ਕਿਉਂਕਿ ਉਹ ਵੀ ਇੱਕ ਸਿੱਖਣ ਨੂੰ ਮਿਲਦਾ ਉਸ 'ਚੋਂ, ਆਪਣਿਆਂ ਦਾ ਪਤਾ ਲੱਗਦਾ, ਪਰਾਇਆਂ ਦਾ ਪਤਾ ਲੱਗਦਾ ਉਸ ਟਾਈਮ ਦੇ ਵਿੱਚ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇੱਥੇ ਸਾਰੇ ਜਿੰਨੇ, ਜਿਸ ਤਰ੍ਹਾਂ ਦੇਖੋ ਜੀ ਤੁਸੀਂ ਦਵਿੰਦਰ ਸਰ ਨੇ ਸੁਪਰ, ਇਹ ਹਮੇਸ਼ਾ ਖਿਆਲ ਰੱਖਦੇ ਨੇ ਕਿ ਅਟੈਂਡੈਂਟ ਮਤਲਬ ਕੌਣ ਕੌਣ ਮੇਰਾ, ਇਹ ਜਿਸ ਤਰ੍ਹਾਂ ਲੱਗਦਾ ਮੇਰਾ ਕੋਈ ਪੁਰਾਣੇ ਜਨਮ ਦਾ ਰਿਸ਼ਤਾ ਹੈ, ਇਹ ਆਪਣਾ ਕੀ ਨਾ ਇਹਨਾਂ ਦਾ ਮਲਕੀਅਤ ਹੈ, ਗੁਰਜੋਤ ਜੀ ਹੈਗੀ। ਉਹ ਮੇਰੀ ਜ਼ਿੰਦਗੀ 'ਚ ਇੱਕ ਹੋਰ ਬਹੁਤ ਹੈਸੀਅਤ, ਜਿਹਨੇ ਇਹਨਾਂ ਨੇ ਮੇਰਾ ਕੋਈ ਰਿਸ਼ਤਾ ਨਹੀਂ ਹੈ, ਮੈਂ ਡਿਵੋਰਸੀ ਸੱਤਿਆ ਜੀ ਪਿੱਛੇ ਖੜੇ ਲੁਧਿਆਣੇ ਦੀ, ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਹੈ। ਮੈਂ ਕਦੇ ਕਦੇ ਸ਼ਰਮਿੰਦਾ ਹੋ ਜਾਂਦਾ ਇਹੋ ਜਿਹੀ ਇੰਨੀ ਸੇਵਾ ਕਿ ਇਹ ਹੇ ਰੱਬਾ ਇਹ ਫਰਿਸ਼ਤਾ ਕਿੱਥੋਂ ਭੇਜਤਾ ਤੂੰ ਮੈਨੂੰ, ਅਤੇ ਮੈਨੂੰ ਫਰਿਸ਼ਤੇ ਹੀ ਮਿਲੇ ਨੇ ਸਾਰੇ ਜਿਨ੍ਹਾਂ ਦਾ ਮੈਂ ਨਾਂ ਲਿੱਤਾ। ਮਗਰ ਇੰਨਾ ਹੈ ਕਿ ਮੈਂ ਜਿਹੜਾ ਕੰਮ ਕੀਤਾ ਹੈ, ਮੈਨੂੰ ਕਦੇ ਕਦੇ ਹੁਣ ਲੱਗਦਾ ਕਿ ਮੈਂ ਅੱਛਾ ਕੰਮ ਕੀਤਾ, ਤਾਂ ਹੀ ਇੰਨੇ ਲੋਕ ਮੇਰਾ ਕੰਮ ਐਪਰੀਸ਼ੀਏਟ ਕਰਦੇ ਨੇ। ਇਸ ਹਾਲਤ ਵਿੱਚ ਵੀ ਮੇਰੇ ਨੂੰ ਮਿਲਣ ਆਉਂਦੇ ਨੇ, ਕਿੰਨੀ ਦੂਰੋਂ ਆਉਂਦੇ ਨੇ ਮਿਲਣ। ਇੱਕ ਵਾਰ ਇੱਕ ਬੰਦਾ ਆਇਆ ਸੀ, ਉਹ ਭਵਾਨੀ ਤੋਂ ਆਇਆ, ਭਵਾਨੀ ਉਹ ਚਾਹ ਦੇ ਪਿਆਲੇ ਧੋਂਦਾ, ਕਹਿੰਦਾ ਜੀ ਮੈਂ ਆਇਆ ਉੱਥੋਂ ਆਇਆ ਵਿਚਾਰਾ, ਕਹਿੰਦਾ ਮੈਂ ਤੁਹਾਡੇ ਵਾਸਤੇ, ਮੈਂ ਕਿਹਾ ਤੁਸੀਂ ਕਰਦੇ ਕੀ ਹੋ, ਕਹਿੰਦਾ ਮੈਂ ਚਾਏ ਕੇ ਪਿਆਲੇ ਧੋਤਾ ਹੂੰ, ਔਰ ਮੈਂ ਸ਼ਾਹਰੁਖ, ਮੈਂ ਬੰਬੇ ਜਾਵਾਂਗਾ, ਸ਼ਾਹਰੁਖ ਖਾਨ ਨਾਲ ਗੱਲ ਕਰਾਂਗਾ, ਧਰਮ ਜੀ ਨਾਲ ਗੱਲ ਕਰਾਂ, ਮਤਲਬ ਬੜੀ ਖੁਸ਼ੀ ਹੁੰਦੀ। ਅਤੇ ਸਰ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ? ਬਸ ਇਹੀ ਹੈ ਕਿ ਹਮਦਰਦ TV ਦੇ ਥਰੂ ਸਾਰੇ ਬੰਦੇ ਹਮਦਰਦ ਰਹਿਣ ਇੱਕ ਦੂਜੇ ਵਾਸਤੇ, ਔਰ ਮਾੜਾ ਮੋਟਾ ਜੋ ਬਚ ਜਾਏ ਤਾਂ ਮੇਰੇ ਵਾਸਤੇ ਵੀ ਆਪਣੀ ਹਮਦਰਦੀ ਦਿਖਾਉਣ। ਗੋਡ ਬਲੈਸ ਯੂ ਆਲ, ਔਰ ਕਿਸੇ ਵੀ ਦੁਸ਼ਮਣ 'ਤੇ ਇਹੋ ਜਿਹਾ ਟਾਈਮ ਨਾ ਆਏ, ਮੈਂ ਇਹੀ ਕਹਿਣਾ ਚਾਹੁੰਦਾ। ਹੁਣ ਸਾਡੇ ਨਾਲ ਇੱਥੇ ਖੜ੍ਹੇ ਨੇ ਸੱਤਿਆ ਜੀ, ਜਿਨ੍ਹਾਂ ਨੇ ਕਿ ਸ਼ੁਰੂ ਤੋਂ ਹੀ ਸਤੀਸ਼ ਕੌਲ ਜੀ ਦੀ ਹੈਲਪ ਕੀਤੀ, ਉਹਨਾਂ ਦੀ ਮਦਦ ਕੀਤੀ ਅਤੇ ਹਸਪਤਾਲ ਵਿੱਚ ਵੀ ਦੇਖਭਾਲ ਕਰਦੇ ਆ ਰਹੇ ਨੇ। ਕੀ ਕਹਿਣਾ ਚਾਹੋਗੇ ਇੱਕ ਮਹਾਨਾਇਕ ਅੱਜ ਗੁੰਮਨਾਮ ਭਰੀ ਜ਼ਿੰਦਗੀ ਬਤੀਤ ਕਰ ਰਿਹਾ? ਹਾਂਜੀ, ਮੈਂ ਇਹ ਚਾਹਾਂਗੀ ਕਿ ਜਿਹੜੀ ਗੁੰਮਨਾਮ ਜ਼ਿੰਦਗੀ ਹੈ ਬਤੀਤ ਕਰ ਰਹੇ ਨੇ, ਇਹਦੇ ਵਿੱਚੋਂ ਨਿਕਲ ਜਾਣ ਜਲਦੀ ਜਲਦੀ ਤੋਂ ਜਲਦੀ ਨਿਕਲ ਜਾਣ, ਔਰ ਆਪਣੀ ਪਹਿਲੇ ਵਾਲੀ ਜ਼ਿੰਦਗੀ ਵਖਣ ਹੀ ਇਹ ਫਿਰ ਇੱਕ ਸਤਾਰਾ ਚਮਕੇ।
ਮੈਂ ਇਹ ਚਾਹਾਂਗੀ। ਬਾਕੀ ਤਾਂ ਸਭ ਕੁਛ ਰੱਬ ਦੇ ਹੱਥ 'ਚ ਹੈ, ਜੋ ਉਹਨਾਂ ਨੂੰ ਮਨਜ਼ੂਰ ਹੈ ਹੋਣਾ ਤਾਂ ਉਹੀ ਹੈ, ਲੇਕਿਨ ਸਾਡੇ ਲੋਕਾਂ ਦੀ ਇਹੀ ਕੋਸ਼ਿਸ਼ ਹੈ, ਗਿਆਨ ਸਾਗਰ ਦੀ, ਤਮਾਮ ਇਹਨਾਂ ਦੇ ਚਾਹਣ ਵਾਲਿਆਂ ਦੀ ਇਹੀ ਹੈ ਕਿ ਇਹ ਜਲਦੀ ਤੋਂ ਜਲਦੀ ਇਸ ਮਤਲਬ ਮੁਕਾਮ 'ਚੋਂ ਨਿਕਲ ਜਾਣ ਔਰ ਪਹਿਲੇ ਦੀ ਤਰ੍ਹਾਂ ਫਿਰ ਅਸੀਂ ਇਹਨਾਂ ਨੂੰ ਦੇਖੀਏ, ਇਹ ਆਪਣੇ ਮਤਲਬ ਪਹਿਲਾਂ ਦੀ ਤਰ੍ਹਾਂ ਆਪਣੀਆਂ ਫਿਲਮਾਂ 'ਚ ਕੰਮ ਕਰਨ, ਆਉਣ ਔਰ ਦੁਨੀਆ ਇਹਨਾਂ ਨੂੰ ਦੇਖੇ, ਇਹਨਾਂ ਦਾ ਫਿਰ ਨਾਮ ਚੜ੍ਹੇ, ਇੱਕ ਵਾਰੀ ਫਿਰ ਸਤਾਰਾ ਚਮਕੇ, ਕਿਉਂਕਿ ਪਹਿਲੇ ਚਮਕਦਾ ਰਿਹਾ, ਹੁਣ ਹੋਰ ਵੀ ਵੱਧ ਤੋਂ ਵੱਧ ਚਮਕੇ। ਬਾਕੀ ਇਹਨਾਂ ਦੇ ਨਾਲ ਮੈਂ 1 ਸਾਲ ਤੋਂ ਹਾਂ, ਜਦੋਂ ਹੀ ਬਿਮਾਰ ਹੋਈ ਸੀ ਮੈਨੂੰ ਪਤਾ ਲੱਗਿਆ ਅਤੇ ਮੈਂ ਇਹਨਾਂ ਦੇ ਕੋਲ ਆਈ। ਮੈਂ ਇਹਨਾਂ ਦੀ ਫੈਨ ਸੀਗੀ ਔਰ ਬਹੁਤ ਪੁਰਾਣੀਆਂ ਇਹਨਾਂ ਦੀ ਫਿਲਮਾਂ ਦੇਖਦੀ ਸੀਗੀ ਅਤੇ ਬਸ ਕੁਛ ਲੁਧਿਆਣੇ ਆਉਂਦੇ ਜਾਂਦੇ ਸੀ, ਇਹਨਾਂ ਨਾਲ ਮੁਲਾਕਾਤ ਹੋਈ ਹੋਈ ਸੀ ਅਤੇ ਅਕਸਰ ਹੀ ਇੱਕ ਸਮਝੋ ਕਿ ਇੱਕ ਦੋਸਤੀ, ਇੱਕ ਪਿਆਰ ਦਾ ਨਾਤਾ ਹੈ, ਇਹ ਰਿਸ਼ਤਾ ਹੈ ਮੇਰਾ ਇਹਨਾਂ ਨਾਲ, ਅਤੇ ਮੈਂ ਇਹਨਾਂ ਦੀ ਦੇਖਭਾਲ ਕਰਦੀ ਹਾਂ ਔਰ ਮੈਂ ਇਹ ਚਾਹਾਂਗੀ ਕਿ ਹੁਣ ਜਲਦੀ ਤੋਂ ਜਲਦੀ ਠੀਕ ਹੋ ਜਾਣ। ਬਾਕੀ ਗਿਆਨ ਸਾਗਰ ਨੇ ਬਹੁਤ ਅੱਛਾ ਕੰਮ ਕੀਤਾ ਕਿ ਗਿਆਨ ਸਾਗਰ ਅਗਰ ਨਾ ਹੁੰਦਾ ਤਾਂ ਇਹ ਜ਼ਿੰਦਗੀ ਬੜੀ ਅਧੂਰੀ ਸੀ, ਇਹ ਸਿਤਾਰਾ ਸਾਨੂੰ ਲੱਭ ਨਹੀਂ ਸਕਦਾ ਸੀ, ਇਹ ਸਿਤਾਰਾ ਗੁੰਮ ਹੋ ਜਾਣਾ ਸੀ ਔਰ ਮੈਂ ਚਾਹਾਂਗੀ ਕਿ ਇਹ ਸਿਤਾਰਾ ਜਲਦੀ ਤੋਂ ਜਲਦੀ ਕਾਮਯਾਬ ਔਰ ਠੀਕ ਹੋ। ਇਸ ਉਮਰੇ ਲੱਗੀ ਸੱਟ ਨੇ ਸਤੀਸ਼ ਨੂੰ ਅੰਦਰੋਂ ਅੰਦਰੀ ਤੋੜ ਕੇ ਰੱਖ ਦਿੱਤਾ, ਪਰ ਉਸ ਨੂੰ ਪੰਜਾਬੀ ਇੰਡਸਟਰੀ ਤੋਂ ਵੱਧ ਉਮੀਦ ਹੈ ਬਾਲੀਵੁੱਡ ਤੋਂ। ਉਸ ਨੂੰ ਭਰੋਸਾ ਹੈ ਕਿ ਸਲਮਾਨ ਅਤੇ ਸ਼ਾਹਰੁਖ ਨੂੰ ਜਦੋਂ ਵੀ ਉਹਨਾਂ ਦੀ ਬਿਮਾਰੀ ਦਾ ਪਤਾ ਲੱਗੇਗਾ ਤਾਂ ਉਸ ਦੀ ਮਦਦ ਕਰਨ ਲਈ ਅੱਗੇ ਜ਼ਰੂਰ ਆਉਣਗੇ। 300 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕਰ ਚੁੱਕੇ ਇਸ ਅਦਾਕਾਰ ਦੀ ਨਾ ਤਾਂ ਕਿਸੇ ਸਰਕਾਰ ਨੇ ਸਾਰ ਲਈ ਅਤੇ ਨਾ ਹੀ ਕਿਸੇ ਫਿਲਮੀ ਹਸਤੀ ਨੇ, ਪਰ ਫਿਰ ਵੀ ਇਸ ਦੇ ਦਿਲ ਵਿੱਚੋਂ ਸਭ ਨੂੰ ਦੁਆਵਾਂ ਹੀ ਨਿਕਲ ਰਹੀਆਂ ਨੇ। ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਜ਼ਿੰਦਗੀ ਜਿਉਣ ਦਾ ਜਜ਼ਬਾ ਰੱਖਣ ਵਾਲੇ ਸਤੀਸ਼ ਕੌਲ ਨੂੰ ਹਮਦਰਦ ਦੀ ਸਮੁੱਚੀ ਟੀਮ ਸਲਾਮ ਕਰਦੀ ਹੈ। ਅਸੀਂ ਇਹੀ ਦੁਆ ਕਰਦੇ ਹਾਂ ਕਿ ਅਦਾਕਾਰ ਜਲਦ ਠੀਕ ਹੋਵੇ ਅਤੇ ਫਿਲਮੀ ਦੁਨੀਆ ਵਿੱਚ ਜਲਦ ਵਾਪਸੀ ਕਰੇ। ਦਰਸ਼ਕੋ, ਹਮਦਰਦ ਟੀਵੀ ਦਾ ਇਹ ਛੋਟਾ ਜਿਹਾ ਉਪਰਾਲਾ ਸੀ ਸਤੀਸ਼ ਕੌਲ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦਾ, ਤਾਂ ਕਿ ਦੁੱਖਾਂ ਦਾ ਪਹਾੜ ਝੇਲ ਰਹੇ ਇਸ ਮਹਾਨ ਕਲਾਕਾਰ ਦੀ ਮਦਦ ਲਈ ਕੋਈ ਹੱਥ ਅੱਗੇ ਵੱਧ ਸਕੇ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਸ ਪ੍ਰੋਗਰਾਮ ਰਾਹੀਂ ਸਤੀਸ਼ ਦੀ ਅਪੀਲ ਤੁਹਾਡੇ ਨਾਲ ਬਾਲੀਵੁੱਡ ਤੱਕ ਵੀ ਜ਼ਰੂਰ ਪਹੁੰਚੇਗੀ ਅਤੇ ਦਰਸ਼ਕੋ, ਤੁਸੀਂ ਵੀ ਇਸ ਬਾਕਮਾਲ ਅਦਾਕਾਰ ਲਈ ਦੁਆ ਜ਼ਰੂਰ ਕਰਿਓ।